जय मसीह दी। प्रभु जी की कृपा ना तो सब चंगे होंगे, तो प्रभु की कृपा थोड़े उपर होगी, तो शैतान थोड़े लागे नहीं आ सकिया होना। आओ आप हम प्रार्थना करिए। सारा दिन बीत गया, रात पै चुकी है, खुदा का धन्यवाद करना था बनता वा। बाइबल च लिखिया जेड़ा सच्चे दिलो मेरे ते ईमान रखदा वा, जेड़ा परमेश्वर ते ईमान रखूगा ते ओदे अगे सच्चे दिल नाल प्रार्थना करूगा, परमेश्वर उसकी प्रार्थना नूं सुनदा ते उसदे उत्तर भी दिंदा बहुत जल्द। हालेलुया। आओ आप प्रार्थना करिए। सेनावां दे यहोवा जमीन ते आसमान नूं बनाउण वाले खुदा धन्यवाद करदे प्रभु जी, तुहाडा धन्यवाद होवे मेरे खुदा, थोड़ा धन्यवाद होवे मेरे पिता परमेश्वर जी, तू सानू सुंदर समय लई ठहराया सी, तेरा धन्यवाद कर दिया पवित्र आत्मा साडे विचकार आओ पिता परमेश्वर, इस तरह धन्यवाद कर दिया प्रभु जी। बाइबल च लिखा है जिथे दो जां तीन मेरे नाम च इकमन होणगे, मेरी हजूरी उस जगह ते होवेगी, मेरा पाक रूह काम करेगा। पिता परमेश्वर जदों असीं प्रार्थना करिए तां अब्बा तेरा पाक रूह काम करे प्रभु जी, प्रभु हाथ साडा नहीं मेरे पिता परमेश्वर बल्कि तुहाडा होवे मेरे खुदा। प्रभु जदों असीं जिहड़े लंगड़े आ, जदों असीं उन्हां नूं ते हाथ रख के तुहाडा नाम लै के बोलीए कि प्रभु यीशु मसीह दे नाम च लंगड़ियां नूं असीं खड़े कर दिंदे आ, ते प्रभु जी लंगड़े खड़े हो जांदे, चौंकड़ियां भरने यीशु मसीह दे नाम च प्रभु जी। अज जिहड़े लोक हीलिंग दी नाइट विच आ, अज दा दिन मैं यकीन करदी आ प्रभु तुहानूं शुगर जावेगा। मैं तुहानूं दसना चाहुंदी आ अगर तुसीं यकीन करदे आ तां तुहाडे वास्ते अज दी रात आखरी बीमारी दी रात आ। तुसीं जदों सुबह उठोगे तां जिहड़े लंगड़े चौंकड़ियां भरनगे प्रभु यीशु मसीह दे नाम च। जाले ते तेल वास्ते प्रभु जी प्रार्थना करदे आ, जिन्हां ने जाले ते तेल रख्या सी प्रभु यीशु मसीह दा नाम लै के प्रार्थना करदे आ, उसदे विच पवित्र आत्मा प्रभु जी दा लहू मिला देने मेरे पिता परमेश्वर, जदों भी रोगियां ते लगाया जावे तां रोगी चंगे हो जाने यीशु मसीह दे नाम दे विच मेरे खुदा। प्रभु जदों असीं वचन पढ़िए ਤਾਂ ਮੇਰੇ ਖੁਦਾ ਸ਼ੈਤਾਨ ਸਾਡੇ ਲਾਗੇ ਨਾ ਆ ਸਕੇ ਮੇਰੇ ਪਿਤਾ ਪਰਮੇਸ਼ਵਰ ਜੀ, ਪ੍ਰਭੂ ਸਾਨੂੰ ਵਚਨ ਸੁਣਨ ਤੇ ਸਮਝਣ ਦਾ ਬਲ ਬਖਸ਼ਣਾ, ਜਿਨ੍ਹਾਂ ਨੂੰ ਬਾਈਬਲ ਦੀ ਸਮਝ ਨਹੀਂ ਉਹਨਾਂ ਨੂੰ ਸਮਝ ਬਖਸ਼ਣਾ, ਤੁਹਾਡਾ ਅਭਿਸ਼ੇਕ ਦਿਓ ਤਾਂ ਕਿ ਅਸੀਂ ਤੁਹਾਡੇ ਵਚਨਾਂ ਨੂੰ ਸੁਣ ਸਕੀਏ, ਤੇਰੇ ਪਵਿੱਤਰ ਆਤਮਾ ਦੁਆਰਾ ਅਸੀਂ ਸਾਰੀਆਂ ਬੁਰੀਆਂ ਚੀਜ਼ਾਂ ਤੋਂ ਛੁਟਕਾਰਾ ਪਾ ਸਕੀਏ। ਮੈਂ ਪ੍ਰਾਰਥਨਾ ਕਰਦੀ ਪ੍ਰਭੂ ਜੀ, ਜਿਹਨੇ ਲੋਕ ਬਿਮਾਰੀ ਦੀ ਹਾਲਤ ਆ, ਪੱਥਰੀਆਂ ਰਸੌਲੀਆਂ ਗੰਢਾਂ ਗਿਲਟੀਆਂ ਧੂਆਂ ਬਣ ਕੇ ਹਵਾ ਚ ਉੱਡ ਰਹੀਆਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾ, ਸਾਰੀਆਂ ਬਿਮਾਰੀਆਂ ਸਾਰੀਆਂ ਰੋਗਾਂ ਤੇ ਅਸੀਂ ਫਾਇਰ ਕਰਦੇ ਯੀਸ਼ੂ ਮਸੀਹ ਦੀ। ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹੋਵੇ, ਸਾਡੀ ਪ੍ਰਾਰਥਨਾ ਨੂੰ ਸੁਣੋ ਤੇ ਉੱਤਰ ਦਿਓ ਯੀਸ਼ੂ ਮਸੀਹ ਦੇ ਨਾਮ। ਸਾਰੀ ਪ੍ਰਾਰਥਨਾ ਨੂੰ ਸਵਰਗਾਂ ਵਿੱਚ ਕਰਦੇ ਹਾਂ, ਅਸੀਂ ਸਾਰੇ ਬੜੇ ਪਿਆਰ ਨਾਲ ਮਿਲ ਕੇ ਮੰਗਦੇ ਹਾਂ, ਆਮੇਨ 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 ਹਾਲੇਲੂਇਆ। ਅਗਰ ਆਪਣੇ ਕੋਲ ਪਵਿੱਤਰ ਬਾਈਬਲ ਹੈ ਤਾਂ ਆਪਾਂ ਬਾਈਬਲ ਨੂੰ ਖੋਲ ਸਕਦੇ ਹਾਂ। ਆਪਾਂ ਨੂੰ ਨਿੱਤੇ ਸੁਬਹ ਔਰ ਸ਼ਾਮ ਪ੍ਰਾਰਥਨਾ ਕਰਨੀ ਚਾਹੀਦੀ ਆ। ਜਿਹੜੇ ਲੋਕ ਪ੍ਰਾਰਥਨਾ ਕਰਦੇ ਨੇ ਉਹ ਹਰ ਇੱਕ ਕੰਮ ਦੇ ਵਿੱਚ ਸਫਲ ਹੁੰਦੇ ਨੇ। ਹਾਲੇਲੂਇਆ। ਸੋ ਆਪਾਂ ਪੜਾਂਗੇ ਕਹਾਵਤਾਂ ਉਸਦਾ 25 ਅਧਿਆਏ 21 ਤੇ 22 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਾਂਗੇ। ਇਸਦਾ ਜਿਹੜਾ ਟੋਪਿਕ ਆ, ਆਪਾਂ ਅਗਰ ਆਪਣਾ ਜਿਹੜਾ ਗੁਆਂਢੀ ਆ ਉਹ ਭੁੱਖਾ ਹੋਵੇ ਤਾਂ ਆਪਾਂ ਨੂੰ ਉਸਨੂੰ ਰੋਟੀ ਦੇਣੀ ਚਾਹੀਦੀ, ਜਿਹੜਾ ਆਪਣਾ ਵੈਰੀ ਆ ਅਗਰ ਉਹ ਵੀ ਭੁੱਖਾ ਹੋਵੇ ਤਾਂ ਆਪਾਂ ਨੂੰ ਉਹਨੂੰ ਖਾਣ ਨੂੰ ਦੇਣਾ ਚਾਹੀਦਾ। ਹਾਲੇਲੂਇਆ। ਇਨ ਇੰਗਲਿਸ਼ ਆਪਾਂ ਇਸ ਨੂੰ ਕਹਿ ਸਕਦੇ ਹਾਂ ਪ੍ਰੋਵਰਬਸ ਉਸਦਾ 25 ਨੰਬਰ ਚੈਪਟਰ 21 ਐਂਡ 22 ਨੰਬਰ ਵਰਡਸ ਵਿੱਚ ਆਪਾਂ ਦੇਖਾਂਗੇ ਅੱਜ। ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਸਨੂੰ ਉਹਨੂੰ ਰੋਟੀ ਖਵਾ, ਅਤੇ ਧਿਆਇਆ ਹੋਵੇ ਤਾਂ ਉਹਨੂੰ ਪਾਣੀ ਪਿਆ। ਹਾਲੇਲੂਇਆ। ਇਹਦੇ ਵਿੱਚ ਲਿਖਿਆ ਅਗਰ ਤੇਰਾ ਵੈਰੀ ਆ ਜਿਹੜਾ, ਚਾਹੇ ਤੂੰ ਚਾਹੇ ਉਹ ਤੇਰੇ ਨਾਲ ਵੈਰ ਹੀ ਕਰਦਾ, ਬਹੁਤ ਜ਼ਿਆਦਾ ਵੈਰ ਕਰਦਾ ਗਰੀਬਾਂ ਨੂੰ, ਤਾਂ ਕਿਉਂਕਿ ਆਪਾਂ ਖੋਣਾ ਹੀ ਖੋਣਾ, ਉਹਨੂੰ ਤਾਂ ਪਾਣੀ ਪਿਆਉਣਾ ਹੀ ਪਿਆਉਣਾ। ਬਟ ਅਗਰ ਤੇਰਾ ਵੈਰੀ ਭੁੱਖਾ ਜਾਂ ਧਿਆਇਆ, ਤੂੰ ਉਸਨੂੰ ਰੋਟੀ ਖਵਾ ਤੇ ਪਾਣੀ ਪਿਆ। ਹਾਲੇਲੂਇਆ। ਤੇ ਪਰਮੇਸ਼ਰ ਤੁਹਾਡਾ ਭਲਾ ਕਰੇਗਾ। ਆਓ ਆਪਾਂ ਨੈਕਸਟ ਪੜ੍ਹਦੇ ਹਾਂ। ਕਿਉਂ ਜੋ ਤੂੰ ਉਹਦੇ ਸਿਰ ਉੱਤੇ ਅੰਗਿਆਰੀਆਂ ਦਾ ਢੇਰ ਲਾਵੇਂਗਾ ਅਤੇ ਯਹੋਵਾ ਤੈਨੂੰ ਫਲ ਦੇਵੇਗਾ। ਹਾਲੇਲੂਇਆ। ਬਾਈਬਲ ਚ ਲਿਖਿਆ ਕਿ ਤੂੰ ਆਪਣੇ ਵੈਰੀ ਨਾਲ ਵੀ ਪਿਆਰ ਕਰ, ਬੇਸ਼ੱਕ ਉਹ ਨਹੀਂ ਕਰਦਾ ਬਟ ਤੂੰ ਉਹਦੇ ਨਾਲ ਪਿਆਰ ਕਰ। ਹਾਲੇਲੂਇਆ। ਚਾਹੇ ਉਹ ਜਿੰਨਾ ਮਰਜ਼ੀ ਵੈਰ ਰੱਖੇ, ਜਿਵੇਂ ਤੁਹਾਡੇ ਨੇਬਰਹੁੱਡਸ ਹੁੰਦੇ ਆ ਤੇ ਤੁਸੀਂ ਚਰਚ ਨੂੰ ਆਉਣ ਲੱਗ ਜਾਂਦੇ ਤੇ ਉਹ ਤੁਹਾਡੇ ਤੋਂ ਗੁੱਸੇ ਹੋ ਜਾਂਦੇ, ਤੁਹਾਡੇ ਭੈਣ ਭਰਾ ਹੁੰਦੇ ਆ, ਐਵਰੀਥਿੰਗ ਤੁਹਾਡੇ ਗੁਆਂਢੀ ਰਿਸ਼ਤੇਦਾਰ ਐਵਰੀਥਿੰਗ
ਕੋਈ ਵੀ ਹੁੰਦਾ ਵਾ ਤੇ ਉਹ ਤੁਹਾਡੇ ਨਾਲ ਗੁੱਸੇ ਹੋ ਜਾਂਦੇ, ਤੁਹਾਡੇ ਨਾਲ ਵੈਰ ਪਾ ਲੈਂਦੇ ਆ ਕਿਉਂਕਿ ਤੁਸੀਂ ਚਰਚ ਜਾਣ ਲੱਗ ਗਏ ਹੋ। ਹਾਲੇਲੂਇਆ। ਪਰ ਬਾਈਬਲ 'ਚ ਲਿਖਿਆ ਤੂੰ ਆਪਣੇ ਵੈਰੀ ਨਾਲ ਵੀ ਪਿਆਰ ਕਰ, ਅਗਰ ਉਹ ਭੁੱਖਾ ਤਾਂ ਉਹਨੂੰ ਰੋਟੀ ਦੇ, ਅਗਰ ਉਹ ਧਿਆਇਆ ਤਾਂ ਉਹਨੂੰ ਪਾਣੀ ਪਿਆ, ਤੇ ਅਗਰ ਉਹਦੇ ਕੋਲ ਪਹਿਨਣ ਨੂੰ ਕੋਈ ਬਸਤਰ ਨਹੀਂ ਆ ਤਾਂ ਤੂੰ ਉਹਨੂੰ ਕੱਪੜੇ ਦੇ, ਅਗਰ ਤੇਰੇ ਕੋਲ 2 ਕੁੜਤੇ ਆ ਤੂੰ ਦੋਵਾਂ ਵਿੱਚੋਂ ਇੱਕ ਕਿਸੇ ਨੂੰ ਦੇ ਦੇ ਜਿਹਦੇ ਕੋਲ ਨਹੀਂ ਹੈਗਾ। ਸਚਕੀਨ ਕਰਦੇ ਆਏ ਦਾ ਵਚਨ ਤੁਹਾਡੇ ਦਿਲਾਂ ਦੇ ਆਪਣੇ ਜਾ ਕੇ ਜਮ੍ਹਾਂ ਹੋ ਚੁੱਕਾ ਹੋਣਾ, ਵੈਰੀ ਨੇ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੋਣੀ। ਸੋ ਹੁਣ ਤਾਂ ਪ੍ਰਭੂ ਦੀ ਕਿਰਪਾ ਹਮੇਸ਼ਾ ਹਮੇਸ਼ਾ ਦੀ ਗੱਲ ਪ੍ਰਭੂ ਨੂੰ ਚਾਹੁਣ ਵਾਲਿਆਂ ਨਾਲ ਬਣੀ ਰਹੇ। ਆਮੇਨ ਆਮੇਨ ਹਾਲੇਲੂਇਆ। ਸੋ ਬਾਈਬਲ 'ਚ ਲਿਖਿਆ ਕਿ ਤੁਸੀਂ ਮੇਰੇ ਖੁਸ਼ੀ ਦੇ ਗੀਤ ਗਾਓ, ਆਪਾਂ ਨੂੰ ਉਸਦੀ ਖੁਸ਼ੀ ਦੇ ਗੀਤ ਗਾਉਣੇ ਚਾਹੀਦੇ ਆ। ਆਓ ਆਪਾਂ ਉਸਦੀ ਖੁਸ਼ੀ ਦੇ ਗੀਤ ਗਾਈਏ। ਸਾਰਾ ਜੱਗ ਪਾਵੇਂ, ਹਾਂ ਸਾਰਾ ਜੱਗ ਪਾਵੇਂ, ਮੈਨੂੰ ਛੱਡ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਹਾਂ ਸਾਰਾ ਜੱਗ ਪਾਵੇਂ, ਸਾਰਾ ਜੱਗ ਪਾਵੇਂ, ਮੈਨੂੰ ਛੱਡ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਦੁੱਖ ਬੜਾ ਹੀ ਅਯੂਬ ਉੱਤੇ ਆਇਆ ਸੀ, ਸਾਰਾ ਬਦਨ ਉਹਦਾ ਕੀੜਿਆਂ ਨੇ ਖਾਇਆ ਸੀ। ਦੁੱਖ ਬੜਾ ਹੀ ਅਯੂਬ ਉੱਤੇ ਆਇਆ ਸੀ, ਸਾਰਾ ਬਦਨ ਉਹਦਾ ਕੀੜਿਆਂ ਨੇ ਖਾਇਆ ਸੀ। ਹਾਂ ਉਹ ਕੀੜਾ ਪਾਵੇਂ, ਹਾਂ ਉਹ ਕੀੜਾ ਪਾਵੇਂ, ਮੈਨੂੰ ਲੱਗ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਸਾਰਾ ਜੱਗ ਪਾਵੇਂ, ਹਾਂ ਸਾਰਾ ਜੱਗ ਪਾ, ਮੈਨੂੰ ਛੱਡ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਦਾਨੀਏਲ ਨੂੰ ਸੀ ਸ਼ੇਰਾਂ ਅੱਗੇ ਸੁੱਟਿਆ, ਉੱਥੇ ਡਟ ਕੇ ਸ਼ੈਤਾਨ ਨਾਲ ਲੜਿਆ। ਭੁੱਬਾ ਮਾਰ ਪਾਵੇਂ, ਹਾਂ ਭੁੱਬਾ ਮਾਰ ਪਾਵੇਂ, ਸ਼ੇਰ ਖਾ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਸਾਰਾ ਜੱਗ ਪਾਵੇਂ, ਹੋ ਸਾਰਾ ਜੱਗ ਪਾਵੇਂ, ਮੈਨੂੰ ਛੱਡ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਗੱਲ ਸੁਣ ਲਓ ਰੱਬ ਦੇ ਪਿਆਰਿਓ, ਕਦੀ ਦੁੱਖਾਂ ਵਿੱਚ ਹਿੰਮਤ ਨਾ ਹਾਰਿਓ। ਆਉਂਦੀ ਮੌਤ ਪਾਵੇਂ, ਹਾਂ ਆਉਂਦੀ ਮੌਤ ਪਾਵੇਂ, ਮੈਨੂੰ ਆ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਸਾਰਾ ਜੱਗ ਪਾਵੇਂ, ਮੈਨੂੰ ਛੱਡ ਜਾਵੇ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ, ਮੈਂ ਪੱਲਾ ਤੇਰਾ ਨਹੀਂ ਓ ਛੱਡਣਾ। ਹਾਲੇਲੂਇਆ। ਆਓ ਆਪਾਂ ਇੱਕ ਹੋਰ ਭਜਨ ਗਾਉਂਦੇ ਹਾਂ। ਸਾਰਾ ਜੱਗ ਛੱਡ ਜਾਂਦਾ ਏ, ਯਿਸੂ ਕੱਲਿਆ ਨਹੀਂ ਛੱਡਦਾ, ਹੋ ਸਾਰਾ ਜੱਗ ਛੱਡ ਜਾਂਦਾ ਏ, ਯਿਸੂ ਕੱਲਿਆ ਨਹੀਂ ਛੱਡਦਾ, ਹੋ ਹੱਥ ਪਿਆਰ ਨਾਲ ਫੜਦਾ ਏ, ਹੋ ਹੱਥ ਪਿਆਰ ਨਾਲ ਫੜਦਾ ਏ, ਯਿਸੂ ਕੱਲਿਆ ਨਹੀਂ ਛੱਡਦਾ, ਸਾਰਾ ਜੱਗ ਛੱਡ ਜਾਂਦਾ ਏ, ਯਿਸੂ ਕੱਲਿਆ ਨਹੀਂ ਛੱਡਦਾ। ਹਨ ਰੋ ਰੋ ਕੇ ਮੰਗੀਆਂ ਦੁਆਵਾਂ, ਰੂਹੇ ਪਾਕ ਦੀਆਂ ਚੱਲੀਆਂ ਹਵਾਵਾਂ, ਹਨ ਰੋ ਰੋ ਕੇ ਮੰਗੀਆਂ ਦੁਆਵਾਂ, ਰੂਹੇ ਪਾਕ ਦੀਆਂ ਚੱਲੀਆਂ ਹਵਾਵਾਂ। ਖਾਲੀ ਝੋਲੀਆਂ ਭਰਦਾ ਏ,
खाली चोलियां परिदाए, यीशु कल्या नहीं छड़दा, सारा जग छड़ जांदा ए, यीशु कल्या नहीं छड़दा। ओ तूफाना बेड़े पार लगाउंदा ए, बेड़े पार लगाउंदा ए, यीशु कल्या नहीं छड़दा, सारा जग छड़ जांदा ए, यीशु कल्या नहीं छड़दा। उन्हें बैरियां तो आपसी बचाया, एलिया नू सी खूब रचाया, उन्हें वैरिया तो आपसी बचाया, एलिया नू सी खूब रचाया। बड़ी फिकरे ओ करदाए, हाँ बड़ी फिकरे ओ करदाए, यीशु कल्या नहीं छड़दा, जग छड़ जांदा ए, यीशु कल्या नहीं छड़दा। हालेलुया। सचमुच यीशु कल्ले कदे नहीं छड़दा, चाहे अपने आस पड़ोस नेबरहुड गुआंढी सारे छड़ जान, बट अपना परमेश्वर कदे नहीं छड़ेगा। सो आओ हुण आपां प्रार्थना करिए ताकि तमाम बंधन टुटन ते आपां आजाद हो सके। स्वर्गीय पिता, जमीन दसमान बनाने वाले खुदा, धन्यवाद कर दे प्रभु जी सुंदर समय लिए मेरे खुदा, और थोड़ा धन्यवाद कर दे, शुक्र गुजार है मेरे प्रभु जी, जिन्हें लोग आदि प्रार्थना सभा का हिस्सा बने हैं, असि उन्होंने सारे रोग ते यीशु मसीह के नाम दे विच फायर कर दिया, फायर 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 इन द नेम ऑफ जीसस, पवित्र आत्मा दी आग लग जावे, फायर, मेरे नाल बोलो फायर। प्रभु जी धन्यवाद कर दिया इन्हों के सारिया रोग ते, सारिया बीमारिया ते, सारे दोषा के बंधना ते, बच्चों आना गया घर विच लेके जाने वाली दुष्ट आत्मावां ते, बच्चों की पढ़ाई रोकने वाली दुष्ट आत्मावां ते, झगड़े की दुष्ट आत्मा आत्मा ते, फायर फायर इन द नेम ऑफ जीसस, पवित्र आत्मा तेरी अग लगे, प्रभु तेरी अग लगे, प्रभु जी फायर कर दिया, सारी बीमारियां फायर, रोगा ते फायर, दोष दे बंदरा ते फायर, यीशु मसीह दी रूह दी अग लग जावे, पवित्र आत्मा आया, प्रभु तेरी रूह दी अग लग जावे, कैच फायर इन द नेम ऑफ जीसस, पवित्र आत्मा तेरी अग लगे खुदा, असि धन्यवाद कर दे प्रभु जी, प्रभु जी पापी लोगों ने मेरे पिता परमेश्वर प्रभु यीशु, पापी लोगों ने तेनु मेरे प्रभु जी, पापी लोगों ने तेरे हाथों के पैरों के केल ठोके प्रभु जी, उन्होंने लोगों ने तेरे दाढ़ी पुट्टी मेरे खुदा, पर तू कुछ नहीं किया, तेरे मुंह ते थुकया गया मेरे खुदा, तुसी पानी मंगिया उन्होंने सिर का मुंह नु ला दिता, धन्यवाद कर दे पिता परमेश्वर सुंदर समय लिए मेरे खुदा, तुसानू ठहराया मेरे प्रभु जी, तुसी किन्ने महान आ मेरे पिता परमेश्वर जी, इन्हां दे सारे रोग मुक जाने यीशु मसीह दे नाम दे विच मैं प्रार्थना कर दी, जिन्हें लोग बीमारी च मेरे प्रभु, प्रभु उन्होंने लोगों के रोग मुक जान, सारिया बीमारियां मुक जान मेरे प्रभु जी, तेरा नाम लेके असि प्रार्थना कर दे, रोगी चंगे हो जान यीशु मसीह दे नाम खुदा, प्रभु जी तू सानू एदा ही बचा के रखी मेरे पिता परमेश्वर, आने वाले दिनों में तेरी महिमा ज्यादा होवे मेरे पा, प्रभु तुसी महान हो मेरे खुदा, सारी कलीसिया ने ना दे परिवार शहर पिंडा नू प्रभु जी, कारोबार माल डंगर नू तेरे पवित्र खून च छुपा दिने मेरे पिता, शैतान ना कोई भी चीज चुरा ना सके मेरे खुदा,
प्रभु जी ना लोगों नु संभाल के रखना, कोई बुरी चीज ना ते बुरी अख उठा के ना वेख सके प्रभु जी, तेरे सिवा होर कोई इन्हां दे घर च ना रवे मेरे पिता परमेश्वर, प्रभु जी कोई शैतान ना रवे इन्हां दे घर च प्रभु जी, बस तू ते ए लोक ही रहन मेरे प्रभु जी। प्रभु मैं प्रार्थना करदी हां प्रभु सानू तू संभाल के रखी मेरे खुदा, आने वाले दिनों विच बुरे हालातों चो सानू बचा के रखी मेरे खुदा, सारी प्रार्थना नु सुन ते जा उत्तर दे, धन्यवाद कर दे प्रभु, सारी प्रार्थना यीशु मसीह दे नाम च असी मांगदे हां, आमेन आमेन हालेलुया। ਜਦ ਵੀ ਆਪਾਂ ਪ੍ਰਾਰਥਨਾ ਕਰਨੀ ਆਪਾਂ ਪੂਰੀ ਨੇਚਰ ਨਾਲ ਪ੍ਰਾਰਥਨਾ ਕਰਨੀ ਆ। ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਰੱਬ ਤੁਹਾਨੂੰ ਬਰਕਤ ਦੇਣ, ਗੋਡ ਬਲੈਸ ਯੂ, ਜੈ ਮਸੀਹ ਦੀ, ਬਾਏ।